ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੌਬ ਹਬ ਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਕਨਸਟੇਬਲ ਦੇ ਰਿਜ਼ਲਟ ਦੇ ਰਿਗਾਰਡਿੰਗ ਤੇ ਇਸ ਵੀਡੀਓ ਦੇ ਵਿੱਚ ਮੈਂ ਅਸੀਂ ਗੱਲ ਕਰਾਂਗੇ ਕਿ ਬਹੁਤ ਸਾਰੇ ਕੈਂਡੀਡੇਟ ਅਜੇ ਹੀ ਵੀ ਹੋਣਗੇ ਜਿਨ੍ਹਾਂ ਦਾ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਰਿਜ਼ਲਟ ਹੈ ਸਾਈਟ ਉੱਤੇ ਸ਼ੋ ਨਹੀਂ ਹੋ ਰਿਹਾ ਹੋਵੇਗਾ ਤੇ ਉਸ ਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਕਿ ਤੁਸੀਂ ਜੋ ਹੈਲਪ ਡੈਕਸ ਉੱਤੇ ਜਾ ਕੇ ਕੀ ਕਰਨਾ ਹੈ ਜਾਂ ਕਿਵੇਂ ਕਰਨਾ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਚੈਨਲ ਨੂੰ ਤੇ ਚੱਲਦੇ ਹਾਂ ਜੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਸਭ ਤੋਂ ਪਹਿਲਾਂ ਜਿਨ੍ਹਾਂ ਕੈਂਡੀਡੇਟ ਨੇ ਜੋ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪੇਪਰ ਦਿੱਤਾ ਸੀ ਤੇ ਉਹਨਾਂ ਦਾ ਜੋ ਰਿਜ਼ਲਟ ਆਊਟ ਹੋ ਚੁੱਕਿਆ ਹੈ ਤੇ ਮੇਰੇ ਕੋਲ ਵੀ ਇਦਾਂ ਦਾ ਇੱਕ ਕਮੈਂਟ ਆਇਆ ਸੀ ਤੇ ਉਸ ਦੇ ਰਿਗਾਰਡਿੰਗ ਉਸ ਕੈਂਡੀਡੇਟ ਦਾ ਕਹਿਣਾ ਸੀ ਕਿ ਜੋ ਮੈਂ ਪੇਪਰ ਦਿੱਤਾ ਸੀ ਉਸ ਤੋਂ ਬਾਅਦ ਜੋ ਮੇਰਾ ਰਿਜ਼ਲਟ ਹੈ ਉਹ ਸ਼ੋ ਨਹੀਂ ਹੋ ਰਿਹਾ ਸਾਈਟ ਦੇ ਉੱਤੇ ਤੇ ਅਸੀਂ ਜੋ ਰਿਜ਼ਲਟ ਨੂੰ ਕਿਵੇਂ ਦੇਖ ਸਕਦੇ ਹਾਂ ਜਾਂ ਕਿਵੇਂ ਹੈਲਪ ਡੈਕਸ ਦੇ ਉੱਤੇ ਅਸੀਂ ਇਹਨਾਂ ਨੂੰ ਜੋ ਮੇਲ ਜਾਂ ਫਿਰ ਇਹਨਾਂ ਨਾਲ ਗੱਲ ਕਰ ਸਕਦੇ ਹਾਂ ਉਹ ਤੁਸੀਂ ਦੇਖੋਗੇ ਤੇ ਸਭ ਤੋਂ ਪਹਿਲਾਂ ਤੁਸੀਂ ਲੌਗਇਨ ਕਰ ਲੈਣਾ ਹੈ ਆਪਣੀ ਆਈਡੀ ਅਤੇ ਪਾਸਵਰਡ ਨੂੰ ਇੱਥੇ ਭਰ ਕੇ ਇੱਥੇ ਕੈਪਚਾ ਕੋਡ ਨੂੰ ਭਰ ਦੇਣਾ ਹੈ ਤੇ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਅਜਿਹਾ ਪੇਜ ਆਵੇਗਾ ਇੱਥੇ ਤੁਸੀਂ ਇਸ ਨੂੰ ਕਲੋਜ਼ ਕਰ ਦੇਣਾ ਹੈ ਉਸ ਤੋਂ ਬਾਅਦ ਅਸੀਂ ਕਾਂਸਟੇਬਲ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਇੱਥੇ ਕਾਂਸਟੇਬਲ ਵਾਲੇ ਸੈਕਸ਼ਨ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਾਕੀ ਕੈਂਡੀਡੇਟ ਦਾ ਇੱਥੇ ਜੋ ਪੰਜਾਬ ਪੁਲਿਸ ਕਾਂਸਟੇਬਲ ਦੇ ਜੋ ਐਗਜ਼ਾਮ ਹੈ ਉਸ ਤੇ ਇੱਥੇ ਭਰਿਆ ਹੋਵੇਗਾ ਤੇ ਇੱਥੇ ਜੋ ਰਾਈਟ ਲੈਫਟ ਸਾਈਡ ਦੇ ਉੱਤੇ ਜੋ অপਸ਼ਨ ਹੈ ਇਸ ਉੱਤੇ ਤੁਸੀਂ ਕਲਿੱਕ ਕਰਕੇ ਆਪਣੇ ਸਕੋਰ ਕਾਰਡ ਨੂੰ ਤੁਸੀਂ ਚੈੱਕ ਕਰ ਰਹੇ ਹੋਵੋਗੇ ਬਟ ਅਜੇ ਬਹੁਤ ਸਾਰੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਜੋ ਰਿਜ਼ਲਟ ਕਿਵੇਂ ਤੁਸੀਂ ਚੈੱਕ ਕਰਨਾ ਹੈ ਜਾਂ ਫਿਰ ਜੋ ਹੈਲਪ ਡੈਕਸ ਉੱਤੇ ਕੀ ਕਰਨਾ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਇਸ ਕੈਂਡੀਡੇਟ ਨੇ ਐਗਜ਼ਾਮ ਦਿੱਤਾ ਸੀ ਤੇ ਇਥੇ ਇਹ ਕਹਿ ਰਹੇ ਨੇ ਕਿ ਰਿਜ਼ਲਟ ਮੇਰਾ ਸ਼ੋ ਨਹੀਂ ਹੋ ਰਿਹਾ 사이ਟ ਤੇ ਤੇ ਤੁਸੀਂ ਦੇਖ ਰਹੇ ਹੋ ਕਿ ਇਥੇ ਜੋ ਰਿਜ਼ਲਟ ਹੈ ਸ਼ੋ ਨਹੀਂ ਹੋ ਰਿਹਾ ਤੇ ਇਥੇ ਅਸੀਂ ਹੈਲਪ ਡੈਕਸ ਉੱਤੇ ਜੋ ਆਪਸ਼ਨ ਹੈ ਇਥੇ ਕਲਿੱਕ ਕਰਾਂਗੇ ਤੇ ਇਥੇ ਅਸੀਂ ਜੋ ਦੇਖ ਸਕਦੇ ਹੋ ਪਲੱਸ ਵਾਲੇ ਆਈਕਨ ਦੇ ਉੱਤੇ ਕਲਿੱਕ ਕਰਾਂਗੇ ਜਿਵੇਂ ਕੀ ਹੈਲਪ ਡੈਕਸ ਦਾ ਆਪਸ਼ਨ ਹੈ ਜੋ ਓਪਨ ਹੋ ਚੁੱਕਿਆ ਹੈ ਤੇ ਇੱਥੇ ਅਸੀਂ ਪ੍ਰੀਫਰੈਂਸ ਜੋ ਪੋਸਟ ਹੈ ਉਸ ਨੂੰ ਇੱਥੇ ਭਰਾਂਗੇ ਤੇ ਕਿਹੜੀ ਪ੍ਰੀਫਰੈਂਸ ਹੈ ਕਾਂਸਟੇਬਲ ਦੀ ਪ੍ਰੀਫਰੈਂਸ ਹੈ ਜਾਂ ਫਿਰ ਤੁਸੀਂ ਜੋ ਸਬ ਇੰਸਪੈਕਟਰ ਦੇ ਭਰਤੀ ਵਾਸਤੇ ਜੋ ਇਸ ਪ੍ਰੀਫਰੈਂਸ ਨੂੰ ਜਾਂ ਫਿਰ ਪੋਸਟ ਨੂੰ ਭਰ ਰਹੇ ਹੋ ਤੇ ਇੱਥੇ ਤੁਹਾਡੇ ਸਾਹਮਣੇ ਦੋ ਆਪਸ਼ਨ ਆ ਜਾਣਗੇ ਤੇ ਜਿਵੇਂ ਕਿ ਅਸੀਂ ਇੱਥੇ ਸਿਲੈਕਟ ਕਰ ਲਿਆ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਪੁਲਿਸ ਕੈਡਰ ਆਫ ਪੰਜਾਬ ਪੁਲਿਸ 2023 ਉਸ ਤੋਂ ਬਾਅਦ ਸਮੱਸਿਆ ਦੀ ਸ਼੍ਰੇਣੀ ਅਸੀਂ ਇੱਥੇ ਕਰਾਂਗੇ ਕਿ ਕਿਹੜੀ ਸਮੱਸਿਆ ਤੁਹਾਨੂੰ ਆ ਰਹੀ ਹੈ ਤੇ ਜਿਵੇਂ ਕਿ ਤੁਸੀਂ ਆਪਸ਼ਨ ਦੇਖ ਰਹੇ ਹੋ ਕਿ ਕਿਹੜੀ ਸਮੱਸਿਆ ਤੁਹਾਨੂੰ ਹੈ ਐਡਮਿਟ 卡ਡ रिलेटेड ਐਪਲੀਕੇਸ਼ਨ ਜਾਂ ਐਗਜ਼ਾਮੀਨੇਸ਼ਨ ਪੇਮੈਂਟ ਜਾਂ ਟੈਸਟ ਸੈਂਟਰ ਰਿਗਾਰਡਿੰਗ ਜਾਂ ਐਨੀ ਅਦਰ ਇਸ਼ੂ ਹੈ ਤੇ ਤੁਸੀਂ ਐਨੀ ਅਦਰ ਇਸ਼ੂ ਦੇ ਉੱਤੇ ਕਲਿੱਕ ਕਰ ਦੇਣਾ ਹੈ ਕਿਉਂਕਿ ਇੱਥੇ ਜੋ ਦੱਸਿਆ ਨਹੀਂ ਗਿਆ ਕਿ ਰਿਜ਼ਲਟ ਦੇ ਰਿਗਾਰਡਿੰਗ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਤੁਸੀਂ ਐਨੀ ਅਦਰ ਇਸ਼ੂ ਦੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਪ੍ਰੋਬਲਮ ਟਾਈਪ ਤੇ ਇੱਥੇ ਤੁਸੀਂ ਸਿਲੈਕਟ ਕਰ ਲੈਣਾ ਹੈ ਇੱਥੇ ਆਦਰ ਦਾ ਆਪਸ਼ਨ ਆ ਰਿਹਾ ਤੁਸੀਂ ਆਦਰ ਦੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਪ੍ਰੋਬਲਮ ਸਟੇਟਮੈਂਟ ਸਮੱਸਿਆ ਦਾ ਬਿਆਨ ਤੁਸੀਂ ਇੱਥੇ ਆਪਣੀ ਪ੍ਰੋਬਲਮ ਨੂੰ ਇੱਥੇ ਲਿਖ ਸਕਦੇ ਹੋ ਕਿ ਜੋ ਸਾਡਾ ਰਿਜ਼ਲਟ ਹੈ ਉਹ ਇੱਥੇ ਸ਼ੋ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਦੇ ਰਿਗਾਰਡਿੰਗ ਤੁਸੀਂ ਲਾਈਨ ਬਣਾ ਕੇ ਇੱਥੇ ਲਿਖ ਦੇਣੀ ਹੈ ਤੇ ਦੋਸਤੋ ਤੁਸੀਂ ਪ੍ਰੋਬਲਮ ਸਟੇਟਮੈਂਟ ਦੇ ਵਿੱਚ ਇਦਾਂ ਲਿਖ ਸਕਦੇ ਹੋ ਕਿ ਮਾਈ ਪੰਜਾਬ ਪੁਲਿਸ ਕਨਸਟੇਬਲ ਰਿਜ਼ਲਟ ਇਜ਼ ਨਾਟ ਸ਼ੋਇੰਗ ਤੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਅਟੈਚਮੈਂਟ ਕੋਈ ਫੋਟੋ ਅਟੈਚ ਕਰਨੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਤੇ ਇਸ ਤਰ੍ਹਾਂ ਸਾਰੇ ਜੋ ਤੁਸੀਂ ਡਿਟੇਲ ਨੂੰ ਜੋ ਭਰ ਕੇ ਸ਼ਾਇਦ ਤੁਹਾਡਾ ਜੋ ਸ਼ਾਇਦ 1-2 ਦਿਨ ਚ ਤੁਹਾਡਾ ਜੋ ਪ੍ਰੋਬਲਮ ਹੈ ਸੋਲਵ ਵੀ ਹੋ ਜਾਵੇ ਤੇ ਆਈ ਥਿੰਕ ਤੁਹਾਡਾ ਜੋ ਰਿਜ਼ਲਟ ਹੈ ਉਹ ਛੇਤੀ ਹੀ ਰਿਲੀਜ਼ ਕਰ ਦੇਣ ਤੇ ਆਈ ਹੋਪ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਔਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾਦ